ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਮਹੱਤਵਪੂਰਨ ਅਪਡੇਟ ਤੁਹਾਨੂੰ ਦੇਣੀ ਸੀਗੀ ਉਹ ਹੈ FTT ਟੋਕਨ ਬਾਰੇ FTT ਟੋਕਨ FTX ਐਕਸਚੇਂਜ ਦਾ ਹੈ ਪਰ ਇਹਦੇ ਵਿੱਚ ਪਿਛਲੇ ਥੋੜੇ ਜੇ ਸਮੇਂ ਤੋਂ ਕਾਫੀ ਮੈਨਿਪੂਲੇਸ਼ਨ ਹੋਈ ਉਹ ਕਿਉਂ ਹੋਈ ਦੇਖਦੇ ਆਂ ਟਵਿੱਟਰ ਤੇ ਜਾਂਦੇ ਆਂ ਦੇਖੋ ਇਹ ਹੈ CZ Binance ਦਾ ਟਵਿੱਟਰ ਹੈਂਡਲ CZ Binance ਕੀ ਲਿਖਦਾ ਹੈ ਕਿ ਉਹ ਆਪਦੇ FTT ਟੋਕਨ ਜਿਹੜੇ ਉਹਨਾਂ ਕੋਲ ਹੈਗੇ ਸੀਗੇ ਹੋਲਡਿੰਗ ਹੈਗੀ ਸੀ ਉਹਨੂੰ ਇੰਡਸਟਰੀ ਵਿੱਚ ਵੇਚਣ ਜਾ ਰਹੇ ਨੇ ਹੁਣ ਇਹਦੇ ਪਿੱਛੇ ਰੀਜ਼ਨ ਇਹ ਦੱਸਿਆ ਜਾ ਰਿਹਾ ਹੈ ਕਿ ਐਫਟੀਐਕਸ ਐਕਸਚੇਂਜ ਦੀ ਜਿਹੜੀ ਐਸੈਟਸ ਹੈਗੀ ਏ ਤੇ ਲਾਇਬਿਲਟੀਆਂ ਹੈਗੀਆਂ ਨੇ ਐਸੈਟਸ ਮਤਲਬ ਉਹਨਾਂ ਕੋਲ ਜਿਹੜੀ ਸੰਪਤੀ ਹੈਗੀ ਉਹ ਉਹਨਾਂ ਨੇ ਕਿਸੇ ਬਿਟਕੁਆਇਨ ਜਾਂ ਇਥੀਰੀਅਮ ਵਰਗੇ ਕੁਆਇਨਸ ਵਿੱਚ ਨਹੀਂ ਰੱਖੀ ਹੋਈ ਬਲਕਿ ਉਹਨਾਂ ਦੇ ਆਪ ਦੇ ਕੁਆਇਨ ਐਫਟੀਟੀ ਜਾਂ ਜੋ ਹੋਰ ਉਹਨਾਂ ਨੇ ਆਪਦੀ ਐਕਸਚੇਂਜ ਤੋਂ ਲਾਂਚ ਕੀਤੇ ਸੀ ਵੱਖ-ਵੱਖ ਪ੍ਰੋਜੈਕਟਸ ਉਹਨਾਂ ਦੇ ਕੋਇਨ ਰੱਖੇ ਹੋਏ ਨੇ ਤੇ ਲਾਇਬਿਲਟੀਜ਼ ਵੀ ਉਹਨਾਂ ਰੀਅਮ ਬਹੁਤ ਜ਼ਿਆਦਾ ਨੇ ਤੇ ਇਸ ਕਰਕੇ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਬਹੁਤ ਵਧੀਆ ਨਹੀਂ ਤਾਂ ਇਸੇ ਕਰਕੇ CG ਫਾਈਨੈਂਸ ਕੀ ਕਹਿੰਦਾ ਹੈ ਕਿ ਉਹ ਲੂਨਾ ਤੋਂ ਸਿੱਖਦੇ ਹੋਏ ਯਾਨੀ ਕਿ ਲੂਨਾ ਤੋਂ ਉਹਨਾਂ ਨੇ ਸਬਕ ਲਿਆ ਕਿ ਉੱਥੇ ਉਹਨਾਂ ਕੋਲ BTC ਹੋਲਡਿੰਗ ਵਿੱਚ ਸੀ ਪਰ ਫੇਰ ਵੀ ਲੂਨਾ ਜਿਹੜਾ ਰਿਕਵਰ ਨਹੀਂ ਹੋ ਸਕਿਆ ਸੀ ਤਾਂ ਇਸੇ ਕਰਕੇ ਲੂਨਾ ਤੋਂ ਸਿੱਖਦੇ ਹੋਏ ਕਿ ਕਿਤੇ ਜਿਹੜਾ ਇਹ FTT ਟੋਕਨ ਹੈਗਾ ਇਹ ਕਿਤੇ ਦੂਜਾ ਲੋਨਾ ਨਾ ਬਣ ਜਾਵੇ ਕਿ ਜਿਹਦੇ ਵਿੱਚ ਸਾਰਾ ਪੈਸਾ ਹੀ ਉਹਨਾਂ ਦਾ ਡੁੱਬ ਜਾਵੇ ਤਾਂ ਇਸ ਕਰਕੇ ਉਹ ਇਸ ਨੂੰ ਲਿਕুইਡੇਟ ਕਰ ਰਹੇ ਨੇ ਇਸ ਨੂੰ ਵੇਚ ਰਹੇ ਨੇ ਮਾਰਕੀਟ ਵਿੱਚ ਤੇ ਇਸ ਟਵੀਟ ਤੋਂ ਬਾਅਦ ਜਿਹੜਾ ਮਾਰਕੀਟ ਵਿੱਚ ਪੈਨਿਕ ਸੈਲਿੰਗ ਹੋ ਰਹੀ ਏ FTT ਦੀ ਇਹਦੇ ਨਾਲ ਨਾਲ ਦੇਖੋ ਬਾਇਨੈਂਸ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਉਹਨਾਂ ਨੇ FTX ਚੋਂ ਐਗਜ਼ਿਟ ਕੀਤਾ ਸੀ ਤਾਂ ਉਸ ਵੇਲੇ ਡਾਲਰ 2.1 ਬਿਲੀਅਨ USDT ਦੇ ਬਰਾਬਰ ਉਹਨਾਂ ਨੂੰ BUSD ਤੇ FTT ਟੋਕਨ ਮਿਲੇ ਸੀਗੇ BUSD ਤਾਂ ਉਹਨਾਂ ਦਾ ਆਪ ਦਾ ਸਟੇਬਲ ਕੋਇਨ ਹੀ ਹੈ ਪਰ FTT ਟੋਕਨ ਜਿਹੜਾ ਐਕਸਚੇਂਜ ਦਾ ਸੀ ਯਾਨੀ ਕਿ ਜਿੰਨੀ ਵੀ ਉਹਦੇ ਕੋਲ ਹੋਲਡਿੰਗ ਸੀ ਉਹ ਇਸ ਵੇਲੇ ਉਹਨੂੰ ਵੇਚ ਰਹੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਦੇ ਕੰਪੀਟੀਟਰ ਦੇ ਨਾਲ ਰਲ ਕੇ ਤਿਆਰ ਹਾਂ ਅੱਗੇ ਵਧਣ ਦੇ ਲਈ ਪਰ ਅਜਿਹੇ ਕੰਪੀਟੀਟਰ ਸਾਨੂੰ ਨਹੀਂ ਚਾਹੀਦਾ ਜਿਨ੍ਹਾਂ ਦਾ ਪ੍ਰੋਜੈਕਟ ਫੇਲ ਹੋ ਜਾਵੇ ਤੇ ਬਾਅਦ ਵਿੱਚ ਉਹਨਾਂ ਦੇ ਯੂਜ਼ਰਸ ਜਾਂ ਪਬਲਿਕ ਨੂੰ ਬਹੁਤ ਜ਼ਿਆਦਾ ਹਾਰਟ ਹੋਣਾ ਪਵੇ ਤੇ ਇਸ ਕਰਕੇ ਉਹ ਇਹਨੂੰ FTT ਟੋਕਨ ਨੂੰ ਵੇਚ ਰਹੇ ਨੇ ਦੇਖੋ ਹੁਣ ਇਹਦੇ ਵਿੱਚ ਕੀ ਸਚਾਈ ਹੈ ਵੀ ਬਾਇਨੈਂਸ ਜਾਣਬੁੱਝ ਕੇ ਉਹਦੇ ਦੂਜੀ ਐਕਸਚੇਂਜ ਦੇ ਟੋਕਨ ਨੂੰ ਡੰਪ ਕਰ ਰਿਹਾ ਹੈ ਜਾਂ ਕੁਝ ਹੋਰ ਪਰ ਜੇਕਰ ਤੁਹਾਡੇ ਕੋਲ FTT ਟੋਕਨ ਹੈਗਾ ਤਾਂ ਤੁਹਾਨੂੰ ਥੋੜਾ ਜਿਹਾ ਸੰਭਲਣ ਦੀ ਲੋੜ ਹੈ ਜੇਕਰ ਹੋ ਸਕੇ ਤਾਂ ਤੁਸੀਂ ਉੱਥੇ ਉਹਨੂੰ ਸੈਲ ਕਰ ਦਿਓ ਕਿਉਂਕਿ ਜ਼ਿਆਦਾਤਰ ਐਕਸਪਰਟਸ ਦੀ ਇਹੀ رائے ਆ ਕਿ ਹੋ ਸਕਦਾ ਹੈ ਕਿ ਇਹ ਟੋਕਨ ਦਾ ਵੀ ਹਾਲ ਲੂਨਾ ਵਾਲਾ ਨਾ ਹੋ ਜਾਵੇ ਤਾਂ ਅੱਜ ਦੀ ਸ਼ਾਰਟ ਦੀ ਅਪਡੇਟ ਵਿੱਚ ਇੰਨਾ ਹੀ ਥੈਂਕ ਯੂ